ਹਾਂਜੀ ਕਿੱਦਾਂ ਸਾਰੇ ਸਾਰੇ ਸਸ਼ਰੀ ਕਾਲ ਇੰਨਾ ਤੱਕਾ ਯਾਰ ਇੰਨਾ ਤੱਕਾ ਸਿੱਖਾਂ ਨਾਲ ਇੰਡੀਆ ਚ ਇੰਨਾ ਤੱਕਾ ਹੋ ਰਿਹਾ ਆ ਬਾਈ ਜੀ ਰਹੇ ਰੱਬ ਦਾ ਨਾਮ ਐ ਤੁਹਾਨੂੰ ਦਿਖਾਉਣਾ 1991 ਚ ਸਿੱਖਾਂ ਨੂੰ ਯੂਪੀ ਦੇ ਪਿਲੀਪੀ ਤੇ ਬੱਸਾਂ ਚ ਲਾ ਲਾ ਕੇ ਮਾਰਿਆ ਅਤਵਾਦੀ ਦੱਸ ਕੇ ਜਿਹੜੇ ਕਿ ਧਾਰਮਿਕ ਸਥਾਨਾਂ ਤੇ ਜਾ ਰਹੇ ਸੀ ਤੁਸੀਂ ਧੱਕਾ ਸੁਣੋ ਉਹ ਤਾਂ ਮਾਰੇ ਹੀ ਮਾਰੇ ਕਾਨੂੰਨ ਵਿੱਚ ਸਿੱਖ ਮਾਰੇਗਾ ਹਾਂਜੀ 2016 ਵਿੱਚ 15 ਸਾਲ ਬਾਅਦ ਇਨਸਾਫ ਮਿਲਿਆ ਸੀ ਵੀਆਈ ਦੀ ਸਪੈਸ਼ਲ ਕੋਰਟ ਨੇ ਉਹਨਾਂ ਪੁਲਿਸ ਵਾਲਿਆਂ ਨੂੰ ਸਾਰੀ ਉਮਰ ਲਈ ਜੇਲ੍ਹ ਦਿੱਤੀ ਤੇ ਹੁਣ ਸਾਰੀ ਉਮਰ ਦੀ ਜੇਲ੍ਹ ਛੱਡ ਕੇ 7-7 ਸਾਲ ਦੀ ਕੈਦ ਕਰਤੀ ਜਿਵੇਂ ਕਿ ਹੁਣ ਆਉਣ ਵਾਲੇ 2-3 ਮਹੀਨਿਆਂ ਚ ਰਿਹਾ ਰਿਹਾ ਹੋ ਜਾਣੇ ਇਹ ਕਿਸੇ ਸਾਲੇ ਮੀਡੀਆ ਨੇ ਨਹੀਂ ਦਿਖਾਇਆ ਨਾ ਦਿਖਾਉਣਾ ਤੇ ਜਿਹੜੇ ਮੀਡੀਆ ਪੰਜਾਬੀ ਨੇ ਦਿਖਾਈ ਹੈ ਨਿਊਜ਼ ਉਹ ਕਿੱਦਾਂ ਦਿਖਾਈ ਉਹ ਵੀ ਦੱਸਦਾ ਸਾਰੇ ਪਾਸੇ ਸ਼ੇਅਰ ਕਰਿਓ ਪਤਾ ਲੱਗਿਆ ਵੀ ਕਿੱਦਾਂ ਸਿੱਖਾਂ ਦਾ ਧੱਕਾ ਹੋ ਰਿਹਾ ਮੈਂ ਤੁਹਾਨੂੰ ਦਿਖਾਉਣਾ ਭਾਈ ਜੀ ਆਪਣੀਆਂ ਪੰਜਾਬੀ ਧੀਆ ਪੈਣਾ ਜਿਹੜੀਆਂ ਕਿ ਪ੍ਰੈਗਨੈਂਟ ਸੀ ਉਹਦੇ ਢਿੱਡਾਂ ਤੇ ਲੱਤਾਂ ਮਾਰੀਆਂ ਗਈਆਂ ਆ ਦਿਖਾਉਣਾ ਤੁਹਾਨੂੰ ਆ ਦੇਖ ਸਕਦੇ ਆ 1991 ਚ ਆਪਣੇ ਪੰਜਾਬੀ ਯਾਤਰੀਆਂ ਦੀ ਬੱਸ ਜਾ ਰਹੀ ਸੀਗੀ ਧਾਰਮਿਕ ਸਥਾਨਾਂ ਤੇ ਹਾਂਜੀ ਯੂਪੀ ਚ ਕਰਨਮੇਚ ਇਹਨਾਂ ਨੂੰ ਬੱਸਾਂ ਚੋਂ ਲਾ ਲਾ ਕੇ ਹਾਂਜੀ ਕਈ ਬੀਬੀਆਂ ਪ੍ਰੈਗਨੈਂਟ ਵੀ ਤੁਸੀਂ ਆਪ ਸੋਚ ਕੇ ਦੇਖੋ ਭਾਈ ਜੀ ਕੋਈ ਮੈਂ ਸੁਣੀ ਇੰਟਰਵਿਊ ਕੋਈ ਵੀ ਵੀ 7 ਮਹੀਨੇ ਦੀ ਪ੍ਰੈਗਨੈਂਟ ਤੇ 2 ਮਹੀਨੇ ਬਾਅਦ ਬੱਚਾ ਹੋਇਆ ਤੇ ਉਹਦਾ ਬਾਪ ਪਹਿਲਾਂ ਹੀ ਪੁਲਿਸ ਨੇ ਮਾਰਤਾ ਸੀਗਾ 11 ਜਣਿਆਂ ਨੂੰ ਬੱਸ ਚੋਂ ਲਾਹ ਲਾ ਕੇ ਤਿੰਨ ਵੱਖਰੇ ਵੱਖਰੇ ਸਥਾਨਾਂ ਤੇ ਮਾਰਿਆ ਗਿਆ ਦਸਾਂ ਦੀਆਂ ਲਾਸ਼ਾਂ ਮਿਲੀਆਂ 11ਵੇਂ ਤਲਵਿੰਦਰ ਸਿੰਘ son of ਮਲਕੀਤ ਸਿੰਘ ਦੀ ਲਾਸ਼ ਹੀ ਨਹੀਂ ਮਿਲੀ ਸਾਰੇ ਪਿਲੀ ਪੀਤ ਦੇਸੀ ਤੇ ਇੱਧਰਲੇ ਆਪਣੇ ਮਾਝੇ ਏਰੀਏ ਦੇ ਵੀਰ ਭਰਾ ਸੀ ਦੇਖ ਸਕਦੇ ਨਾ ਮਾਰਿਆ ਗਿਆ ਝੂਠੇ ਅੱਤਵਾਦੀ ਦੱਸ ਕੇ ਫੀਤੀਆਂ ਲੈਣ ਲਈ 57 ਪੁਲਿਸ ਵਾਲਿਆਂ ਨੇ 57 ਪੁਲਿਸ ਵਾਲਿਆਂ ਨੇ 178 ਗਵਾਹ ਹੋਏ ਸੀ ਸਾਲਾ ਸ਼ਰੇ ਆਮ ਧੱਕਾ ਹੋ ਰਿਹਾ ਸਿੱਖਾਂ ਨਾਲ ਇੰਡੀਆ 'ਚ ਸ਼ਰੇ ਆਮ ਧੱਕਾ ਹੱਦੇ ਹੀ ਹੋ ਗਈ ਬਾਈ ਜੀ ਸ਼ਰਮ ਤਾਂ ਨਹੀਂ ਆਉਂਦੀ ਸ਼ਰਮ ਤਾਂ ਨਹੀਂ ਆਉਂਦੀ ਆ ਤੁਹਾਨੂੰ ਦਿਖਾਉਣਾ ਸਾਰਾ ਕੇਸ ਦਿਖਾਉਣਾ ਜਿਨ੍ਹਾਂ ਨੂੰ ਨਹੀਂ ਪਤਾ ਤੇ ਪੰਜਾਬੀ মিডিਆ ਨੇ ਕਿੱਦਾਂ ਦਿਖਾਇਆ ਉਹ ਵੀ ਤੁਹਾਨੂੰ ਦਿਖਾਉਣਾ ਯਾਰ ਕੋਈ ਕੋਈ ਹਾਲ ਨਹੀਂ ਕੋਈ ਹਾਲ ਨਹੀਂ ਕੋਈ ਹਾਲ ਨਹੀਂ ਆ ਦੇਖ ਸਕਦੇ ਆ ਤੇ ਸਾਰਾ ਕੇਸ ਸੁਣਿਓ ਧਿਆਨ ਨਾਲ ਤੇ ੱਤਕਾ ਤੁਹਾਨੂੰ ਦਿਖਾਉਣਾ ਦੇਖੋ ਬਜ਼ੁਰਗ ਬਾਬੇ ਇਨਸਾਫ ਲੈਣ ਲਈ ਦਰ ਦਰ ਭਟਕ ਰਹੇ ਆ ਕਨਵੇਂ ਚ ਮਾਰੇ ਆਪਣੇ ਜਸਟਿਸ ਆਰ ਐਸ ਸੋਡੀ ਦਿੱਲੀ ਤੋਂ ਉਹਨਾਂ ਨੇ ਪਾਈ ਸੀ ਪੀਆਈਐਲ ਫਿਰ 2016 ਚ ਸਪੈਸ਼ਲ ਸੀਵੀਆਈ ਕੋਰਟ ਦੀ ਅਦਾਲਤ ਨੇ ਫੈਸਲਾ ਸੁਣਾਇਆ 57 ਜਣੇ ਸੀ ਵਿੱਚੋਂ 10 ਜਣੇ ਉਸ ਵੇਲੇ ਮਰ ਗਏ ਸੀ ਐਸ ਵੇਲੇ 43 ਜਾਂ 14 ਮਰ ਗਏ ਆ ਪੁਲਿਸ ਵਾਲੇ ਹਾਂਜੀ 91 ਚ ਹੋਇਆ 16 ਚ ਸਪੈਸ਼ਲ ਕੋਰਟ ਨੇ ਸੀਬੀਆਈ ਨੇ ਫੈਸਲਾ ਸੁਣਾਇਆ ਵੀ ਉਮਰ ਭਰ ਦੀ ਸਜ਼ਾ ਹਾਂਜੀ ਹੋ ਗਈ ਨਾ ਉਮਰ ਭਰ ਦੀ ਸਜ਼ਾ ਚਲੋ ਠੀਕ ਆ ਪਰ ਕੱਲ ਪਰਸੋਂ ਇਲਾਹਾਬਾਦ ਹਾਈ ਕੋਰਟ ਨੇ ਕਹਿਤਾ ਉਮਰ ਭਰ ਦੀ ਸਜ਼ਾ ਮਾਫ 7 ਸਾਲ ਦੀ ਸਜ਼ਾ 16 ਚ ਹੋਈ ਸੀ ਸੋ 23 ਆ ਗਿਆ ਬਾਈ ਜੀ ਇਹ ਧੱਕਾ ਨਹੀਂ ਤਾਂ ਹੋਰ ਕੀ ਆ ਆ ਤੁਹਾਨੂੰ ਦਿਖਾਉਨੇ ਆ ਯਾਰ ਸ਼ਰੀਆਮ ਧੱਕਾ ਐਨਾ ਆ ਬੀਬਾ ਸਰੋਜ ਜਯਦਵ ਇਲਾਹਾਬਾਦ ਹਾਈ ਕੋਰਟ ਵਾਲੀ ਮੰਨਿਆ ਤੂੰ ਬਰੇਲੀ ਵਾਲੇ ਪ੍ਰਮੰਛੂ ਕਮਿਸ਼ਨਰ ਦੀ ਧਰਮ ਪਤਨੀ ਹੋ ਰਕੂ ਸਿੰਘ ਦੀ ਕੁੜੀ ਹੋਊਂਗੀ ਮੈਂ ਤਾਂ ਇਹਦੀ ਈਮੇਲ ਮੈਂ ਲਾਪੀ ਮੈਂ ਤਾਂ ਲਾਂਤਾਂ ਪਾਤੀਆਂ ਜਿੰਨੇ ਜੋਗਾ ਹੈਗਾ ਸ਼ਰਮ ਕਰ ਲੈ ਬੀਬਾ ਥੋੜੀ ਜਿਹੀ ਸ਼ਰਮ ਕਰ ਲੈ 10000 ਜੁਰਮਾਨਾ ਤੇ 7 ਸਾਲ ਦੀ ਕੈਦ ਉਮਰ ਕੈਦ ਤੋਂ ਚੇਂਜ ਕਰਤੀ ਜਿਹੜੇ ਬੰਦੀ ਸਿੰਘ ਆ ਉਮਰਾਂ ਕੈਦਾਂ ਭੁਗਤ ਰਹੇ ਆ ਉਹਨਾਂ ਦਾ ਕੋਈ ਨਹੀਂ ਜਿਨ੍ਹਾਂ ਨੇ ਭੁਗਤ ਵੀ ਲਈ ਆ ਆ ਦੋ ਜਸਟਿਸ ਇਲਾਹਾਬਾਦ ਹਾਈ ਕੋਰਟ ਵਾਲੇ ਕਹਿੰਦੇ ਜੀ ਕਰ ਦੋ ਜੀ 43 ਪੁਲਿਸ ਵਾਲੇ ਹੁਣ ਆ ਜਾਣਗੇ ਹਾਂਜੀ ਕਿੱਥੇ ਉਮਰ ਕਹਿ ਸਾਰੀ ਉਮਰ ਲਈ ਸੀ ਕਿੱਥੋਂ ਤੁਸੀਂ ਇਨਸਾਫ ਭਾਲਦੇ ਆਂ ਇੰਡੀਆ 'ਚ ਯਾਰ ਕਿੱਥੋਂ ਇਨਸਾਫ ਭਾਲਦੇ ਆਂ ਇੰਡੀਆ 'ਚ ਬਾਲਾ ਹੀ ਔਖਾ ਹਾਲ ਆ ਹੈ ਉਹਨਾਂ ਮਾਮਾ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਪੁੱਤ ਗਏ ਸੀ ਹਨਾ ਜਿਨ੍ਹਾਂ ਘਰ ਵਾਲੀਆਂ ਦੇ ਘਰ ਆਲੇ ਗਏ ਸੀ ਨਵੇਂ ਵਿਆਹ ਹੋਏ ਸੀ ਚੂੜੇ ਪਾਇਓ ਸੀ ਥੋੜਾ ਸ਼ਰਮ ਕਰ ਲੈਂਦੀ ਬੀਬਾ ਜਸਟਿਸ ਬਣੀ ਫਿਰਦੀ ਆ ਵੱਡੀ ਹੋਰ ਦਿਖਾਉਣਾ ਤੁਹਾਨੂੰ ਤਸਵੀਰਾਂ ਤੇ ਇਹ ਉਹ ਵੀ ਸੁਣਵਾਈ ਹੋਣੀ ਨਹੀਂ ਸੀ ਇਹ ਆਪਣੇ ਜਸਟਿਸ ਆ ਰ ਸੋਡੀ ਚਲੋ ਬਾਅਦ ਚ ਕਿਸੇ ਹੋਰ ਪਾਰਟੀ ਚਲ ਗਏ ਵੱਖਰੀ ਵਿਚਾਰਤਾਂ ਹੋ ਸਕਦੀ ਆ ਪਰ ਇਹਨਾਂ ਨੇ ਜੋ ਕੰਮ ਕੀਤਾ ਸੀ ਬਿਨਾ ਕੋਈ ਪੈਸੇ ਲਏ ਸਿੱਖ ਕਮਿਊਨਿਟੀ ਲਈ ਵਧੀਆ ਕੀਤਾ ਜਿਹੜੀ ਚੀਜ਼ ਦੀ ਤਾਰੀਫ ਕਰਨੀ ਬਣਦੀ ਆ ਬਣਦੀ ਆ ਉਹ ਉਹੀ ਗੱਲ ਆ 91 ਚ ਕੇਸ ਹੋਇਆ ਕਿਸੇ ਨੇ ਸੁਣਵਾਈ ਨਹੀਂ ਕੀਤੀ ਉਹ ਤਾਂ ਇਹਨਾਂ ਨੇ ਜ਼ੋਰ ਪਾਇਆ ਹਾਂਜੀ ਪੀਆਈਐਲ ਕੀ ਉਹ ਵੀ ਤੁਹਾਨੂੰ ਦਿਖਾ ਦੇਣਾ ਤੇ ਤਾਂ ਫਿਰ ਸਪੈਸ਼ਲ ਸੀਬੀਆਈ ਬੈਠੀ ਸੀ 178 ਗਵਾਹ ਹੋਏ ਸੀਗੇ ਤੇ ਸਾਰੇ ਸਾਰਾ ਕੁਛ ਇਹ ਵਿੱਚੋਂ ਨਿਕਲਿਆ ਬਾਈ ਜੀ ਝੂਠਾ ਮੁਕਾਬਲਾ ਬਣਾਤਾ ਪਈ ਉਹਨਾਂ ਕੋ ਹਥਿਆਰ ਸੀ ਉਹਦਾ ਵਿਚਾਰੇ ਧਾਰਮਿਕ ਸਥਾਨਾਂ ਤੇ ਜਾ ਰਹੇ ਸੀ ਬੱਸ 'ਚ ਬੱਸ 'ਚ ਉਹ ਲਾ ਲਾ ਕੇ ਤਿੰਨ ਬਖਰੇ ਸਥਾਨਾਂ ਤੇ ਹਾਂਜੀ ਚਲੋ ਠੀਕ ਹੈ ਤੁਸੀਂ ਕਹਿੰਦੇ ਮੁਕਾਬਲਾ ਹੋਇਆ ਉਹ ਅੱਤਵਾਦੀ ਸੀ ਕਿਸੇ ਵੀ ਪੁਲਿਸ ਵਾਲੇ ਦੇ ਇੱਕ ਝਰੀਟ ਤੱਕ ਨਹੀਂ ਸੀ ਆਈ ਝੂਠਾ ਮੁਕਾਬਲਾ ਬਣਾ ਕੇ ਫੀਤੀਆਂ ਲਈਆਂ ਵੱਡੇ ਵੱਡੇ ਆਵਾੜਦੇ 57 ਪੁਲਿਸ ਵਾਲੇ ਸੀ 57 ਵਖਰੇ ਵਖਰੇ ਥਾਵਾਂ ਤੇ ਹਾਂਜੀ ਬੀਬੀਆਂ ਦੀਆਂ ਵੀ ਪੰਜਾਬੀ ਆਪਣੀ ਇੰਟਰਵਿਊ ਦੇਖ ਲਿਓ ਭਾਵੇਂ YouTube ਤੇ ਹਨਾ ਪ੍ਰੈਗਨੈਂਟ ਲੇਡੀਆਂ ਦੇ ਢਿੱਡਾਂ ਜਲ ਤੁਸੀਂ ਸੋਚ ਕੇ ਦੇਖੋ ਯਾਰ ਕੋਈ ਫੀਮੇਲ 7 ਮਹੀਨੇ ਦੀ ਪ੍ਰੈਗਨਨ 2 ਮਹੀਨੇ ਬਾਅਦ ਉਹਦਾ ਬੱਚਾ ਜਹਾਨ ਤੇ ਆਉਂਦਾ ਤੇ ਉਹਦਾ ਬਾਪ ਦਾ ਸਾਇਆ ਹੀ ਹੈ ਨਹੀਂ ਸਿਰ ਤੇ ਬੱਚੇ ਦੇ ਤੁਸੀਂ ਇੱਥੋਂ ਸੋਚ ਕੇ ਦੇਖ ਲਓ ਯਾਰ ਦੇਖ ਲਓ ਹੈ ਕਿੱਥੋਂ ਕਿੰਨਾ ਦੁੱਖ ਹੋਇਆ ਹੋਊਗਾ ਉਹਨਾਂ ਫੈਮਲੀਆ ਨੂੰ ਤੇ ਆਪਣੇ ਪੰਜਾਬੀ মিডিਆ ਨੇ ਕਿੱਦਾਂ ਦਿਖਾਇਆ ਉਹ ਵੀ ਤੁਹਾਨੂੰ ਦਿਖਾਉਣਾ ਅردو ਲਾਲ ਤੇ ਇਦਾਂ ਦੇ মিডিਏ ਦੇ ਸ਼ਰਮ ਕਰ ਲਵੇ ਪੰਜਾਬੀ মিডিਆ ਇਹ ਸਾਰੇ ਪਾਸੇ ਸ਼ੇਅਰ ਕਰਿਓ ਵੀਡੀਓ ਬਾਈ ਜੀ ਆ ਪੁਲਿਸ ਵਾਲੇ ਆ ਜਦੋਂ ਪੇਛੀਆਂ ਪੈਂਦੀਆਂ ਸੀਗੀਆਂ ਤੇ ਦੇਖ ਸਕਦੇ ਆ ਤੇ ਨੋਟੀਫਿਕੇਸ਼ਨ ਘਟਾ ਹੀ ਜਾਂਦਾ ਆਪਣਾ ਫਰਜ਼ ਸਮਝ ਕੇ ਸਾਰੇ ਪਾਸੇ ਪਚਾਇਓ ਤੇ মিডিਆ ਦਾ ਤਾਂ ਗੰਦ ਪਾਇਆ ਪੰਜਾਬੀ মিডিਆ ਨੇ ਆ ਤੁਹਾਨੂੰ ਦਿਖਾਉਣਾ ਇਨੀ ਕਿਦਾਂ ਦਿਖਾਇਆ ਤੇ ਹੋਰ ਵੀ ਤੁਹਾਨੂੰ ਫੋਟੋਆਂ ਦਿਖਾਉਂਦਾ ਆ ਲਓ ਜੀ ਪੀਟੀ ਸਭ ਤੋਂ ਵੱਧ ਗੰਦ ਬੀਬੀਆਂ ਨੇ ਪਾਇਆ ਨੈੱਟ ਤੇ মিডিਆ ਵਾਲੀਆਂ ਨੇ ਪਤਾ ਨਾ ਥੋ ਪਾਪਾ ਲੈਣਾ ਉਹ 25 ਕਿਲੋ ਪਾਊਡਰ ਲਾ ਕੇ ਵੇਜਣੀਆਂ ਆ ਆ ਪੀਟੀਸੀ ਵਾਲਿਆਂ ਨੇ ਨਿਊਜ਼ ਦਿੱਤੀ ਆ ਪੀਟੀਸੀ ਦਾ ਹੈਗਾ ਹੀ ਬਾਦਲਾਂ ਦਾ ਇਹਨਾਂ ਦੀ ਬਾਦਲਾ ਤੇ ਬੀਜੇਪੀ ਦੀ ਅਜੇ ਵੀ ਪੂਰੀ ਜਾਰੀ ਹੈ ਲੋਕਾਂ ਮਾਰੇ ਟੁੱਟ ਗਈ ਇਹਨਾਂ ਦੀ ਖਬਰ ਸੁਣ ਲਿਓ ਭਾਵੇਂ ਆ ਦੇਖੋ ਪਿਲੀ ਪੀਤ ਫੇਕ ਇੰਕਾਊਂਟਰ ਇਹਨੀ ਖਬਰ ਪਤਾ ਕੀ ਦਿੱਤੀ ਹੁਣ ਜਿਹੜੇ ਬੰਦੇ ਨੂੰ ਕੇਸ ਦਾ ਹੀ ਨਹੀਂ ਪਤਾ ਉਹਨਾਂ ਨੇ ਤੇ ਇਹਨਾਂ ਦੀ ਸੱਚ ਮੰਨ ਲੈਣੀ ਨਹੀਂ 10 ਵੀ ਪੋਸਟਾਂ ਇਹੀ ਪਾਈਆਂ ਪਈ ਇਲਾਹਾਬਾਦ ਹਾਈ ਕੋਰਟ ਨੇ ਪਈ ਹਾਈ ਕੋਰਟ ਦਾ ਵੱਡਾ ਫੈਸਲਾ ਇਲਾਹਾਬਾਦ ਹਾਈ ਕੋਰਟ ਨੇ ਸਿੱਖਾਂ ਨੂੰ ਇਨਸਾਫ ਦਿੱਤਾ ਤੇ ਕਾਤਲਾਂ ਨੂੰ 7-7 ਸਾਲ ਦੀ ਸਜ਼ਾ ਦਿੱਤੀ ਇਹਨਾਂ ਨੇ ਇਹ ਤਾਂ ਦੱਸਿਆ ਹੀ ਨਹੀਂ ਲੋਕਾਂ ਨੂੰ ਕਿ ਉਹਨਾਂ ਨੂੰ ਤਾਂ ਉਮਰ ਕੈਦ ਸੀ ਉਮਰ ਕੈਦ ਤੋਂ ਘਟਾ ਕੇ 7 ਸਾਲ ਕਰਤੀ ਦੇਖੋ ਮੀਡੀਆ ਕਿੱਦਾਂ ਲੋਕਾਂ ਦਾ ਬ੍ਰੇਨਵਾਸ਼ ਕਰਦਾ ਸ਼ਰਮ ਕਰ ਲੈਂਦੀਆਂ ਤੁਸੀਂ ਦੋਈ ਜਣੀਆਂ ਖਬਰ ਸੁਣਾਉਣ ਲੱਗੀਆਂ ਤੁਹਾਡੇ ਘਰ ਦਾ ਨਹੀਂ ਨਾ ਕੋਈ ਮਰਿਆ ਕੋਈ ਬੱਸ 'ਚੋਂ ਲਾ ਕੇ ਮਾਰਿਆ ਤੁਹਾਡੇ ਘਰ ਵਾਲਾ ਤਾਂ ਕੋਈ ਹੈ ਨਹੀਂ ਸੀ ਤੁਹਾਨੂੰ ਤਾਂ ਸਾਲਾ ਪੈਸਾ ਹੀ ਰੱਬ ਆ ਤਾਨੂੰ ਦਾ ਪੈਸਾ ਹੀ ਰੱਬ ਆ ਲੋਕਾਂ ਨੂੰ ਇਹ ਸੁਣ ਕੇ ਦੇਖੋ ਪੀਟੀਸੀ ਦੀ ਨਿਊਜ਼ ਇਹ ਥੋੜੋ ਦੱਸਿਆ ਵੀ ਉਹ ਤਾਂ ਪਹਿਲਾਂ ਹੀ ਉਹਨਾਂ ਨੂੰ ਸਜ਼ਾ ਹੋਈ ਉਹ ਅਮਰਪੁਰ ਦੀ ਜੇਲ੍ਹ ਚ ਹੈ ਨਹੀਂ ਇਹ ਦੱਸਿਆ ਹਾਈ ਕੋਰਟ ਦਾ ਵੱਡਾ ਫੈਸਲਾ ਸਿੱਖਾਂ ਨੂੰ ਇਨਸਾਫ਼ ਮਿਲਿਆ 7-7 ਸਾਲ ਦੀ ਕੈਦ ਸ਼ਰਮ ਕਰ ਲੈਂਦੀਆਂ ਥੋੜੀ ਜਿਹੀ ਸ਼ਰਮ ਕਰ ਲੈਂਦੀਆਂ ਉਹਨਾਂ ਨੂੰ ਜਾ ਕੇ ਪੁੱਛੋ ਦੁੱਖ ਉਹਨਾਂ ਦੇ ਤੇ ਤੁਸੀਂ ਵੀ ਆਪਣੇ ਲੋਕ ਉਹ ਕਿਹੜੀ ਉਹ ਵੀ ਉਹ ਵੀ ਜੂਪੀ ਦੀ ਖਬਰ ਆਈ ਆ ਲਾੜੀ ਨੇ ਹੱਥ ਛੁਡਾਇਆ ਭੈ ਕਿੱਥੇ ਜਾ ਕੇ ਲਾੜੀ ਦੇ ਮਾਮੇ ਦਰਾਂਣੀਆਂ ਜਠਾਣੀਆਂ ਪਤੀਸਾਂ ਪਤਾ ਨਹੀਂ ਕਿਹਦੀਆਂ ਕਿਹਦੀਆਂ ਇੰਟਰਵਿਊ ਲਈ ਜਾਂਦੇ ਆ ਹਰਦੂ ਲਾਂਤ ਐਦਾਂ ਦੇ মিডিਆ ਤੇ ਹਰਦੂ ਲਾਂਤ ਆ ਪਰਿਵਾਰ 10 11 ਪਰਿਵਾਰ ਆ ਉਹਨਾਂ ਦਾ ਵੀ ਜਾ ਕੇ ਹਾਲ ਪੁੱਛ ਲਓ ਉਹਨਾਂ ਦੇ ਦਿਲ ਤੇ ਹੁਣ ਕੀ ਬੀਤਦੀ ਹੋਊਗੀ ਵੀ ਪੁਲਿਸ ਵਾਲੇ ਤਾਂ ਰਿਆ ਹੋ ਜਾਣੇ ਹੁਣ ਓខਾ ਯਾਰ ਬਾਲਾ ਈ ਔਖਾ ਬਹੁਤ ਜ਼ਿਆਦਾ ਈ ਔਖਾ ਦੇਖ ਸਕਦੇ ਆ ਆਰਐਸ ਸੋਡੀ ਐਡਵੋਕੇਟ ਵਰਸਸ ਸਟੇਟ ਆਫ ਯੂਪੀ ਔਨ ਮਈ 1992 ਉਸ ਸਮੇਂ ਸਪੈਸ਼ਲ ਕੋਰਟ ਨੇ ਸੀਬੀਆਈ ਦੀ ਨੇ ਪੂਰੀ ਉਮਰ ਲਈ ਨਾ ਪੁਲਿਸ ਵਾਲਿਆਂ ਨੂੰ ਜੇਲ੍ਹ ਚ ਡੱਕਤਾ ਸੀ ਤੇ ਉਹੀ ਆ ਰਾਜ ਹੁਣ ਫੇ ਮੋਦੀ ਦਾ ਕਾਹਦੀਆਂ ਕੋਟਾਂ ਪਹਿਲਾਂ ਮੈਨੂੰ ਸੁਪਰੀਮ ਕੋਰਟ ਹਾਈ ਕੋਰਟ ਤੇ ਯਕੀਨ ਹੁੰਦਾ ਮੈਨੂੰ ਤਾਂ ਬਈ ਭੋਰਾ ਜਕੀਨ ਨੀਗਾ ਇਹਨਾਂ ਕੋਟਾਂ ਤੇ ਹਾਂਜੀ ਉਹੀ ਗੱਲ ਆ ਯਾਰ ਪਤਾ ਕੀ ਗੱਲ ਆ ਆਪਾਂ ਲੋਕਾਂ ਨੇ ਆਪਾਂ ਦਾ ਮੈਂ ਉਹ ਵੀ ਕੇਸ ਪਾਇਆ ਸੀ ਜਿਹੜੀ ਬਨੋ ਵਿਚਾਰੀ ਨਾਲ ਰੇਪ ਕੀਤਾ ਸੀ ਇੰਨੇ ਜਣਿਆਂ ਨੇ ਉਹ ਵੀ ਛੱਡ ਤੇ ਹਨਾ ਸੋ ਮੈਂ ਤਾਂ ਉਹ ਵੀ ਹਾ ਦਾ ਨਾਰਾ ਮਾਰਿਆ ਸੀ ਹੁਣ ਵੀ ਹਾ ਦਾ ਨਾਰਾ ਮਾਰ ਰਹੇ ਆ ਲੋਕੋ ਤੁਸੀਂ ਵੀ ਥੋੜਾ ਹਾ ਦਾ ਹੀ ਨਾਰਾ ਮਾਰ ਲਿਆ ਕਰੋ ਆਪਣੇ ਲੋਕਾਂ ਨੂੰ ਵੀ ਮੈਂ ਅਪੀਲ ਕਰਦਾ ਉਹ ਜਿਹੜੀ ਬਨੋ ਵਾਲਾ ਕੇਸ ਆ ਚਲੋ ਉਹ ਤਾਂ ਤੁਸੀਂ ਕਹੂਗੇ ਵੀ ਇਹ ਤਾਂ ਸਾਡੀ ਕਮਿਊਨਿਟੀ ਦਾ ਹੀ ਹੈ ਨਹੀਂ ਸੀ ਹੁਣ ਆਹ ਤਾਂ ਆਪਣੀ ਕਮਿਊਨਿਟੀ ਦਾ ਹੀ ਕੇਸ ਆ ਪਿਲੀਪੀਤ ਵਾਲੇ ਸਿੱਖ ਸਿੱਖ ਨਹੀਂ ਗਏ ਫਿਰ ਜਿਹੜੇ ਬਾਹਰ ਆ ਪੰਜਾਬ ਤੋਂ ਸਿੱਖ ਨਹੀਂ ਗਏ ਉਹਨਾਂ ਦੀ ਗੱਲ ਕੌਣ ਸੁਣੂ ਉਹਨਾਂ ਦਾ ਦਰਦ ਕੌਣ ਸੁਣੂ ਯਾਰ ਬਹੁਤ ਔਖਾ ਯਾਰ ਆ ਦੇਖ ਸਕਦੇ ਆ ਸੋ ਪਬਲਿਕ ਇੰਟਰਸਟ ਲਿਟੀਗੇਸ਼ਨ ਇਹ ਕੀ ਆ ਪੀਆਈਐਲ ਭਰ ਕੇ ਸਰਚ ਕਰਕੇ ਤੁਸੀਂ ਵੀ ਪੜ੍ਹ ਸਕਦੇ ਆ ਵੀ ਕੀ ਸਿਸਟਮ ਆ ਵਰਕ ਕਿਦਾਂ ਕਰਦਾ ਪੀਆਈਐਲ ਇਹ ਵੀ ਤੁਹਾਡੇ ਕੰਮ ਦੀ ਗੱਲ ਈ ਆ ਪੀਆਈਐਲ ਭਰ ਲਿਓ ਇਹਦੇ ਬਾਰੇ ਡੀਪਲੀ ਨੌਲੇਜ ਲੈ ਲਿਓ ਹਾਂਜੀ ਸੋ ਹੋਰ ਦਿਖਾਉਣਾ ਤੁਹਾਨੂੰ ਸੋ ਯਾਰ ਆ ਦੇਖ ਸਕਦੇ ਆ ਆ ਵੀ ਮੈਂ ਫੋਟੋ ਖਿੱਚੀ ਆ ਜਿਹੜਾ ਹੁਣ ਆ ਬੀਬੀ ਜਾਦਵ ਨੇ ਪਰਾਂਚੂ ਦੀ ਘਰ ਵਾਲੀ ਤੇ ਰੁਕੂ ਸਿੰਘ ਦੀ ਕੁੜੀ ਨੇ ਫੈਸਲਾ ਸਣਾਇਆ ਇਹ ਵੀ ਆ ਦਿਖਾਉਣਾ ਤੁਹਾਨੂੰ ਇਹ ਦੇਖ ਸਕਦੇ ਆ ਜੋ ਵੀ ਆ ਸੋ ਇਹਦੇ ਨੰਬਰ ਕੋ ਆ ਜਿੱਦਾਂ ਵੀ 179 ਇਦਾਂ ਆਏ ਸੀਗੇ ਇਹ ਤੁਸੀਂ ਡਾਊਨਲੋਡ ਵੀ ਕਰ ਸਕਦੇ ਆ ਰੀਡ ਵੀ ਕਰ ਸਕਦੇ ਆ ਇਹ ਮੈਂ ਆਪਣੇ ਟੈਲੀਗ੍ਰਾਮ ਤੇ ਪਾ ਦੂੰ ਦੇਖ ਲਿਓ ਹਾਂ ਜਾਂ ਕ੍ਰਿਮੀਨਲ ਅਪੀਲ ਹਨਾ ਸੋ ਦਵਿੰਦਰ ਪਾਂਡੇ ਨੇ ਅਪੀਲ ਕੀਤੀ ਸੀ ਵੀ ਸਾਨੂੰ ਮਰੋ ਕੈਦ ਜਿਹੜੀ ਦਿੱਤੀ ਹੋਈ ਆ ਉਹਨਾਂ ਨੂੰ ਕੀਤਾ ਜਾਵੇ ਸੋ ਦੇਖ ਸਕਦੇ ਆ ਸੋ ਸਾਰੇ ਨਾਂ ਲਿਖਿਓ ਆ ਸੋ ਟੋਟਲ ਫੇਰ ਦੱਸ ਦਵਾਂ ਆ ਦੇਖ ਸਕਦੇ ਹਨਾ ਕੇਸ ਕ੍ਰਿਮੀਨਲ ਹੈ ਕਿਹੜਾ ਕੇਸ ਕੌਣ ਜੱਜ ਜੋ ਵੀ ਆ ਸੋ ਹਨਾ ਸੋ ਬਾਕੀ ਆਜੋ ਤੇ ਉਹ ਸੱਚ ਪਿੰਡਾਂ ਦੇ ਨਾਲ ਰਹਿ ਗਏ ਪਿੰਡਾਂ ਦੇ ਨਾਲ ਕਿੱਥੋਂ ਕਿੱਥੋਂ ਦੇ ਬਸਨੀਕ ਸੀ ਉਹ ਵੀ ਤੁਹਾਨੂੰ ਦਿਖਾਉਣਾ ਆ ਸੋ ਬਾਈ ਜੀ ਇਹ ਵੀਡੀਓ ਸਾਰੇ ਜਿੱਦਾਂ ਮੈਂ ਦੱਸਦਾ ਅੰਦਰ ਜਾ ਕੇ ਸੋਏ ਆ ਜੀ ਪਿੰਡਾਂ ਦੇ ਨਾਲ ਇੱਕ ਤਾਂ ਬੱਚੇ ਦੀ ਲਾਸ਼ ਹੀ ਨਹੀਂ ਮਿਲੀ ਹਾਂਜੀ ਆ ਜਿਹੜਾ ਤਲਵਿੰਦਰ ਸਿੰਘ ਆ ਸ਼ਾਹਜਹਾਂਪੁਰ ਪੁੱਤਰ ਮਲਕੀਤ ਸਿੰਘ ਤਲਵਿੰਦਰ ਸਿੰਘ ਦੇ ਪਿਤਾ ਦਾ ਨਾਮ ਮਲਕੀਤ ਸਿੰਘ ਆ ਸ਼ਾਹਜਹਾਂਪੋਰੀ ਦੀ ਤਾਂ ਲਾਸ਼ ਹੀ ਨਹੀਂ ਮਿਲੀ ਇਹ ਤਾਂ ਪਤਾ ਹੀ ਨਹੀਂ ਕਿੱਥੇ ਆ ਉਦੋਂ ਦਾ ਪਤਾ ਨਹੀਂ ਰੋਲਪੋਲ ਦਿੱਤੀ ਕਿਤੇ ਅਦੇ ਦੇਖ ਸਕਦੇ ਆ ਬਾਕੀ ਅਪਿਲੀ ਭੀੜ ਦੇ ਸੀਗੇ ਆਪਣੇ ਇਧਰੋਂ ਆਪਣੇ ਬਲਜੀਤ ਸਿੰਘ ਅਰਜਨਪੁਰਾ ਪੰਜਾਬ ਤੋਂ ਹਾਂਜੀ ਇਹ ਵੀ ਅਰਜਨਪੁਰਾ ਤੋਂ ਹਾਂਜੀ ਸੋ ਇਹ ਦੇਖ ਸਕਦੇ ਆ ਸੋ ਆ ਜਿਹੜਾ মিডিਆ ਮੇਰਾ ਮੇਰੇ ਮੂੰਹ ਯਾਰ ਗਾਲਾਂ ਨਹੀਂ ਮੈਂ ਕੱਢ ਸਕਦਾ ਗੱਲੀਆਂ ਆ ਜਿਹੜੇ ਚੱਕ ਕੇ ਮੈਗ ਜਾ ਤੁਰ ਪਿੰਦੇ ਆ ਵੀ ਲਾੜੀ ਨੇ ਹੱਥ ਛੜਾਇਆ ਮਾਮੇ ਭੂਆ ਸਭ ਦੀਆਂ ਇੰਟਰਵਿਊ ਲੈ ਲਈਆਂ ਆਪਣੇ ਇਹਨਾਂ ਦਾ ਵੀ ਜਾ ਕੇ ਹਾਲ ਪੁੱਛ ਲਓ ਤੁਹਾਨੂੰ ਪਿੰਡ ਵੀ ਦੱਸ ਤੇ ਆ ਪੁੱਛ ਲਓ ਉਹਨਾਂ ਦਾ ਦਰਦ ਲੋਕਾਂ ਤੱਕ ਪਹੁੰਚਾ ਦਿਓ ਜਾ ਕੇ ਆ ਦੇਖ ਲਓ ਹਨਾ ਆਪਣੇ ਮਾਝੇ ਏਰੀਏ ਦੇ ਕਿੰਨੇ ਪਿੰਡ ਸੀਗੇ ਰਾਏ ਚੱਕ ਮਨੀਪੋਰ ਸੰਤੋਖਾ ਰੂਰਖੇੜਾ ਹਨਾ ਆ ਦੇਖ ਸਕਦੇ ਆ ਸੋ ਯਾਰ ਘਰੋਂ ਅਗਲੇ ਤਾਨਮਕਸਤਾਨਾ ਦੀ ਯਾਤਰਾ ਤੇ ਗਏ ਤੇ ਬੱਸਾ ਜੋ ਲਾਲਾ ਮਾਰ ਤੇ ਅਤਵਾਦੀ ਦੱਸ ਕੇ ਸੋ ਕੱਲੀਆਂ ਮੈਂ ਡੈਥ ਬਾਡੀਆਂ ਹੀ ਨਹੀਂ ਦਿਖਾ ਸਕਦਾ ਪਈਆਂ ਆ ਰੁਲਦੀਆਂ ਆ ਦੇ ਹਨਾ ਭਈ ਨਹਿਰਾਾਂ ਚੋਂ ਲਾਛਾਂ ਮਿਲਦੀਆਂ ਸੀ ਜਿੱਦਾਂ ਪੰਜਾਬ ਚੋਂ ਇਦਾਂ ਹੀ ਆ ਦੇਖ ਸਕਦੇ ਹੋ ਬੋਡੀ ਦਾ ਪੈਰ ਦਿਖਾਉਣ ਨੂੰ ਦਿਖਾ ਸਕਦਾ ਉਹ ਨਾ ਲਾਸ਼ ਦਾ ਪੈਰ ਸਿੱਖ ਬਾਈ ਦੇ ਹਨਾ ਵਾਲ ਖਲਾਰੇ ਪਏ ਆ ਸੋ ਯਾਰ ਮਾ ਦਿਖਾਣਾ ਤੁਹਾਨੂੰ ਹੋਰ ਸੋ ਬਾਕੀ ਸੋਢੀ ਜੀ ਦਾ ਆਰਐਸ ਸੋਢੀ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕੀਤਾ ਸੀ ਤੇ ਇਹਨਾ ਦੋਨਾਂ ਨੂੰ ਤਾਂ ਲੱਖ ਲਾਂ ਤਾਂ ਜੰਮ ਕੇ ਗਵਾਇਆ ਤੁਸੀਂ ਹਨਾ ਸੋ ਸ਼ਰਮ ਕਰ ਲਓ ਥੋੜੀ ਜੀ ਸੋ ਭਾਈਚਾਰੇ ਨੂੰ ਅਪੀਲ ਇਹ ਕਰ ਸਕਦਾ ਆਪੀਲ ਇਹ ਕਰ ਸਕਦਾ ਅਜੇ ਵੀ ਸੰਭਲ ਜਾਓ ਅਜੇ ਵੀ ਸੰਭਲ ਜਾਓ ਫੇਰ ਉਹੀ ਗੱਲ ਤੁਸੀਂ ਬਾਈ ਜੀ ਕੋਈ ਘਰ ਹੋਊਗਾ ਕੋਈ ਫੋਨ ਹੋਊ ਬੱਚੇ-ਬੱਚੇ ਨੂੰ ਪਤਾ ਲੱਗ ਗਿਆ ਵੀ ਹੱਥ ਛਡਾ ਗਏ ਘਰ ਵਾਲੀ ਉਧਰ ਨੂੰ ਚਲ ਗਈ ਉਹਨੇ ਦੂਜਾ ਵਿਆਹ ਵੀ ਕਰਾ ਲਿਆ ਕੁਛ ਖੱਟਿਆ ਕਮਾਇਆ ਉਹਦੇ ਚੋਂ মিডিਆ ਜਦ মিডিਆ ਦੇ ਨਾਂ ਤੇ ਤਾਂ ਕਈ ਲੋਕ ਕਲੰਕਈਆ ਛਪਾਰ ਦੇ ਮੇਲੇ ਜੋ ਪੰਜਾਂ ਦਾ ਮਾਈਕ ਲੈ ਕੇ ਲੱਪੰਦੇ ਜਣੇ ਖਣੇ ਦੀ ਇੰਟਰਵਿਊ ਕਰ ਰਹੇ ਨੇ ਉਹਨਾਂ ਦਾ ਦੁੱਖ ਕਿਨੇ ਦੱਸਣਾ ਹੈ ਮੈਂ ਵੱਡਾ-ਵੱਡਾ মিডিਆ ਜਿਹੜੇ ਕਹਿੰਦੇ ਅਸੀਂ ਪੰਜਾਬ ਦੇ ਬਹੁਤ ਰਖਵਾਲੇ ਆ ਕਿਸੇ ਨੇ ਨਹੀਂ ਪੋਸਟ ਪਾਈ ਉਹ ਚੰਗੀ ਤਰ੍ਹਾਂ ਜੇ ਕਿਸੇ ਨੇ ਪਾਈ ਉਹ ਵੀ ਮੜੀ ਦੀ ਫੋਟੋ ਦੇ ਪਾ ਕੇ ਲਿਖਤਾ ਜੀ ਵੀ ਹਾਈ ਕੋਰਟ ਨੇ ਉਹ ਘੱਟਾ ਕੌਣ ਸੁਣੂ ਇਹਨਾਂ ਲੋਕਾਂ ਦਾ ਦੁੱਖ ਯਾਰ ਕੌਣ ਸੁਣੂਗਾ ਤੇ ਬਾਕੀ ਮੁੱਕ ਦੀ ਗੱਲ ਆਪਣਾ ਹਿੰਦੂ ਭਾਈਚਾਰੇ ਦਾ ਵੀ ਕਿਹਾ ਜਾਂਦਾ ਵੀ 35000 ਹਿੰਦੂਆਂ ਨੂੰ ਬੱਸਾਂ ਚੋਂ ਲਾ ਲਾ ਪੰਜਾਬ ਚੋਂ ਮਾਰਿਆ ਭਾਈ ਜੀ 35000 ਛੱਡੋ ਤੁਸੀਂ 3500 3500 ਛੱਡੋ ਤੁਸੀਂ 500 ਦਾ ਹੀ ਮੈਨੂੰ ਲਿਆ ਦਿਓ ਉਹ ਡਾਟਾ ਵੀ ਆਹ ਵਾਲਾ 500 ਹਿੰਦੂ ਪਰਿਵਾਰ ਸੀ ਭਾਈਚਾਰੇ ਦਾ ਮੈਨੂੰ ਹਿੰਦੂ ਭਾਈਚਾਰਾ ਵੀ ਬਹੁਤ ਸੁਣਦਾ ਜੈ ਸ਼੍ਰੀ ਰਾਮ ਜੀ 500 ਦਾ ਹੀ ਮੈਨੂੰ ਡਾਟਾ ਲਿਆ ਦਿਓ ਵੀ ਆਹ 500 ਆਹ ਇੱਥੇ ਦਾ ਸੁਪੁੱਤਰ ਆ ਤੇ ਆਹੀ ਦਾ ਪਿੰਡ ਐ 35000 ਦਾ ਬਹੁਤ ਦੂਰ ਦੀ ਗੱਲ ਆ ਜਿੱਦਾਂ ਮੈਂ ਆਹ ਵਾਲੇ ਦੱਸਿਆ ਜਿੱਦਾਂ ਜਸਵੰਤ ਸਿੰਘ ਖਾਲੜਾ ਜੀ ਨੇ ਦੱਸੇ ਕਿਹੜਾ ਕਿਹੜਾ ਪਿੰਡ ਸੀ ਇਕੱਲੇ ਇਕੱਲੇ ਦਾ ਘਰ ਦੱਸਿਆ ਆ ਤੁਸੀਂ ਮੈਨੂੰ 500 ਦਾ ਹੀ ਲਿਆ ਦਿਓ ਮੈਂ ਇੱਥੇ ਫੇਸਬੁੱਕ ਤੇ ਦੱਸੂਗਾ ਵੀ ਹਾਂ ਬਈ ਇਹ ਮਾਰੇ ਸੀ ਸਿੱਖਾਂ ਨੇ ਸੋ ਸਾਨੂੰ ਜੋ ਬਚਪਨ ਚੋਂ ਪੜਾਇਆ ਜਾਂਦਾ ਸਾਡਾ ਬ੍ਰੇਨ ਵਾਸ਼ ਕਰਕੇ ਉਹਨੇ ਇਦਾਂ ਕਰਤਾ ਸੀ ਆਪਾਂ ਉਹੀ ਤੋਰੀ ਜੰਨੇ ਗਾਂ ਦੀ ਗਾਂ ਆਪਣੇ ਗਾਂ ਨਿਆਣਿਆਂ ਨੂੰ ਦੱਸੀ ਜੰਨੇ ਆ ਹਨਾ ਸਟੱਡੀ ਤਾਂ ਆਪਾਂ ਕਰਨੀ ਨਹੀਂ ਗਈ ਤੁਸੀਂ ਮੈਨੂੰ 500 ਦਾ ਹੀ ਡਾਟਾ ਲਿਆ ਦਿਓ ਬਸ 35000 ਤਾਂ ਬਹੁਤ ਦੂਰ ਦੀ ਗੱਲ ਆ ਸਹੀ ਹੈ ਨਾ ਸੋ ਸਰਕਾਰਾਂ ਵਰਕ ਕਿੱਦਾਂ ਕਰਦੀਆਂ ਜੋ ਵੀ ਆ ਕੈਟ ਇੱਕ ਵੈਬ ਸੀਰੀਜ਼ ਆਈ ਹੈ ਨੈਟਫਲਿਕਸ ਤੇ ਉਹ ਵੀ ਦੇਖ ਲਿਓ ਤੇ ਬਾਕੀ ਮੁੱਕ ਦੀ ਗੱਲ ਇਹ ਆ ਭਰਾਵੋ ਹਨਾ ਯੂਪੀ ਦੀ ਨਿਊਜ਼ ਸੀ ਵੀ ਲਾੜੀ ਨੇ ਹੱਥ ਛਡਾਤਾ ਉਹ ਤਾਂ ਤੁਸੀਂ ਘਰ ਘਰ ਪਹਚਾਤੀ ਆ ਵੀ ਪਹਚਾ ਦਿਓ ਵੀ ਸਿੱਖਿਆ ਦਾ ਧੱਕਾ ਕਿੱਦਾਂ ਹੋ ਰਿਹਾ ਆ ਸਿੱਖਿਆ ਦਾ ਧੱਕਾ ਕਿੱਦਾਂ ਹੋ ਰਿਹਾ ਆ ਪਹਚਾ ਦਿਓ ਸਾਰੇ ਪਾਸੇ ਸਾਰੇ ਗਰੁੱਪਾਂ 'ਚ ਲੋਕਾਂ ਨੂੰ ਥੋੜਾ ਅੱਖਾਂ ਖੁੱਲਣ ਲੋਕਾਂ ਦੀਆਂ ਦੱਸੋ ਯਾਰੇ ਕੋਈ ਉਹ ਆ ਜਿਨ੍ਹਾਂ ਦੀ ਪੂਰੀ ਸਜ਼ਾ ਹੋ ਗਈ ਉਹਨਾਂ ਨੂੰ ਤੁਸੀਂ ਛੱਡਦੇ ਨਹੀਂਗੇ ਜਿਹਨਾਂ ਨੂੰ ਉਮਰ ਕੈਦ ਮਿਲ ਗਈ ਆ ਉਹਨਾਂ ਦੀ 7 ਸਾਲ ਕਰਤੀ 16 ਚ 91 ਚ ਬਾਣਾ ਵਰਤੇ ਆ 16 ਚ ਸਜ਼ਾ ਹੋਈ ਤੇ 7 ਸਾਲ ਤਾਂ ਹੋ ਹੀ ਗਏ 23 ਤਾਂ ਆ ਗਿਆ ਹੁਣ 2 ਹਫ਼ਤਿਆਂ ਤੱਕ ਉਹ ਬਾਹਰ ਜੇਲ੍ਹ ਚੋਂ ਆ ਜਾਣੇ ਆ 43 ਦੇ 43 ਤੇ 43 ਚੋਂ ਪੁਲਿਸ ਵਾਲੇ ਅੱਡੇ ਦਾ ਬਾਹਰ ਹੀ ਘੁੰਮਦੇ ਸੀਗੇ ਸਾਰੇ ਜੇਲ੍ਹ 'ਚ ਨਹੀਂ ਸੀ ਟੋਟਲ 57 ਸੀ 14 ਮਰ ਮੁੱਕ ਗਏ ਆ ਕਿਉਂਕਿ 91 ਦਾ ਕੇਸ ਆ ਕੋਈ ਕਿੱਦਾਂ ਮਰ ਗਿਆ ਕੋਈ ਕਿੱਦਾਂ ਮਰ ਗਿਆ 43 ਜਣੇ ਆ ਹੁਣ 43 ਦੇ 43 ਥੋੜੋ ਜੇਲ੍ਹ 'ਚ ਸੀ ਹਨਾ 10 15 ਤਾਂ ਬਾਹਰੇ ਹੀ ਸੀਗੇ ਸੋ ਹੁਣ 43 ਦੇ 43 ਨਜ਼ਾਰੇ ਲੈਣਗੇ ਬਾਹਰ ਆ ਕੇ ਇਹ ਆ ਜੀ ਮੇਰਾ ਭਾਰਤ ਦੇਸ਼ ਮਹਾਨ ਇਹ ਆ ਭਾਰਤ ਦੇਸ਼ ਮਹਾਨ ਕਈ ਕਹਿੰਦੇ ਰਹਿੰਦੇ ਤੂੰ ਇਦਾਂ ਰੌਲਾ ਪਾਉਣਾ ਭਾਰਤ ਨੂੰ ਭੰਡਦਾ ਭਾਰਤ ਨੂੰ ਨਹੀਂ ਭੰਡਦਾ ਕਦੀ ਵੀ ਉਹਦਾ ਸਿਸਟਮ ਨੂੰ ਭੰਡਦਾ ਮੋਦੀ ਭਗਤਿਆਂ ਜਾਂ ਕੁਝ ਵੀ ਹੈ ਮੈਨੂੰ ਤੁਸੀਂ ਦੱਸੋ ਕਿ ਜੇ ਤੁਹਾਡਾ ਕੋਈ ਪਰਿਵਾਰਕ ਮੈਂਬਰ ਮਾਰਿਆ ਹੁੰਦਾ ਇਦਾਂ ਪੁਲਿਸ ਵਾਲਿਆਂ ਦੀ ਉਮਰ ਕੈਦ ਨੂੰ ਮaaf ਕਰਕੇ ਉਹਨਾਂ ਨੂੰ 10000 ਦਾ ਜੁਰਮਾਨਾ ਕੱਟਤਾ ਹੋਵੇ ਤੇ ਉਮਰ ਕੈਦ ਤੋਂ 7 ਸਾਲ ਕਰਤੀ ਹੋਵੇ ਤੇ ਉਹ ਬਾਹਰ ਆ ਜਾਣ ਦੱਸੋ ਤੁਹਾਡੇ ਦਿਲ ਤੇ ਕੀ ਬੀਤੂਗੀ ਸਹੀ ਹੈ ਨਾ 122 ਇਹ ਵੀਡੀਓ ਸਾਰੇ ਪਾਸੇ ਪਹੁੰਚਾਓ ਬਸ ਇਹੀ ਕਹਿਣਾ ਚਾਹੁੰਦਾ ਪਤਾ ਲੱਗੇ ਆਪਣੇ ਲੋਕਾਂ ਨੂੰ ਜਾਗਰੂਕ ਹੋਣ ਤੇ ਮੀਤ ਮਲਤਾਨੀ ਤੇਜਿੰਦਰ ਔਜਲਾ ਪੀਟੇ ਚੀਮਾ ਬੱਬੀ ਮਾਲਾ ਸਭ ਦਾ ਥੈਂਕ ਯੂ ਤੇ ਸਭ ਨੂੰ ਇਹੀ ਅਪੀਲ ਆ ਬਾਈ ਜੀ ਮੈਂ ਤਾਂ ਜਿੰਨੇ ਜੋਗਾ ਹੈਗਾ ਕੱਲਾ ਫੋਨ ਜਿਆ ਲੈ ਕੇ ਲੱਗਾ ਆ ਹੈ ਓਏ ਹੁਣ ਮੇਰੀਆਂ ਮਤਲਬ ਅਕਲ ਆ ਗਈ ਥੋੜੀ ਬਹੁਤੀ ਜਿੰਨੀ ਵੀ ਆਈ ਆ ਆਪਾਂ ਵੀ ਛੋਟੇ ਹੁੰਦੇ ਲਾਲੇ ਜਗਤਨਾਰਾਇਣ ਦੀ ਜਗਬਾਣੀ ਪੜਦੇ ਰਹੇ ਹਨ ਸੋ ਜਿਹੜਾ ਅਕਾਲੀ ਦਲ ਆ ਲਾ ਨੇ ਰਾਜ ਸਭਾ ਚ ਭੇਜਿਆ ਆ ਉਹਦੀ ਅਜੀਤ ਖ਼ਬਰ ਪੜਦੇ ਰਹੇ ਸੰਤਾ ਪਤਾ ਹੀ ਨਹੀਂ ਸੀ ਵੀ ਇਹ ਕਿੱਦਾਂ ਖ਼ਬਰਾਂ ਨੂੰ ਤੋੜ ਮੋੜ ਕੇ ਕਿੱਦਾਂ ਆਪਣੇ ਪੱਖ ਦੀਆਂ ਕਰਦੇ ਜਿੱਦਾਂ ਹੁਣ ਪੀਟੀਸੀ న్యూਜ਼ ਕਰਦਾ ਪਿਆ ਆ ਤੁਸੀਂ ਇਹ ਹਿਸਾਬ ਲਾ ਲਓ ਅਖੇ ਜੀ ਸਿੱਖਾਂ ਦੇ ਹੱਕ ਵਿੱਚ ਵੱਡਾ ਫੈਸਲਾ ਹਾਈ ਕੋਰਟ ਨੇ ਸਖ਼ਤ ਸਾਲ ਦੀ ਸਜ਼ਾ ਸੁਣਾਈ ਇਹ ਇਦਾਂ ਬ੍ਰੇਨਵਾਸ਼ ਕਰਦੇ ਆ ਲੋਕਾਂ ਦਾ ਸਹੀ ਆ ਨਾ ਖੁਸ਼ੀ ਆ ਇਸ ਗੱਲ ਦੀ 12 ਘੰਟੇ ਦਿਲ ਦਾ ਆਪਰੇਸ਼ਨ ਹੋਇਆ ਸਾਹ ਜਿਹੜੇ ਚੱਲਦੇ ਆ ਕਿਸੇ ਕਾਰਨ ਕਰਕੇ ਚੱਲਦੇ ਆ ਸੋ ਰਾਤ ਨੂੰ ਸੋਈ ਦਾ ਤਸੱਲੀ ਨਾ ਪੀਹਾ ਜਾ ਜਿਹੜੀ ਜਾਂ ਜ਼ਿੰਦਗੀ ਮਿਲੀ ਉਹ ਦੁਨੀਆਂ 'ਚ ਕੁਝ ਤਾਂ ਕਰ ਰਹੇ ਆ ਸਹੀ ਆ ਨਾ ਕਈ ਕਹਿੰਦੇ ਫੀਮ ਖੰਦਾ ਕੋਈ ਕਹਿੰਦਾ ਫੀਮ ਵੇਚਦਾ ਕੋਈ ਕਹਿੰਦਾ ਕੁਝ ਵੇਚਦਾ ਜਮੀਰ ਨਹੀਂ ਵੇਚਦੇ ਜੋ ਮਰਜੀ ਕਹੀ ਚਲੋ ਬਾਈ ਕੋਈ ਚੱਕਰੀ ਨਹੀਂ ਸਹੀ ਆ ਨਾ ਤੇ ਜਾਂਦੇ ਹਾਂ ਦੇ ਰਿਕਵੈਸਟ ਇੱਕੋ ਹੀ ਕਰ ਸਕਦਾ ਤੁਹਾਡੀ ਸਪੋਰਟ ਨਾਲ ਹੀ ਆ ਸਾਰਾ ਕੁਝ ਹਨਾ ਤੁਹਾਡੀ ਸਪੋਰਟ ਤੋਂ ਬਣਾ ਨਿਕਾ ਸੋ ਸਭ ਨੂੰ ਪਤਾ ਹੀ ਆ ਕੀ ਕਰਨਾ ਪਹਿਲਾਂ ਤਾਂ ਸਾਰੇ ਪਾਸੇ ਵੀਡੀਓ ਸ਼ੇਅਰ ਕਰੋ ਜੀ ਹਾਂਜੀ ਦਿਖਾਓ ਵੀ ਸਿੱਖਾਂ ਨਾਲ ਕਿੰਦਾ ਧੱਕਾ ਹੋ ਰਿਹਾ ਆ ਜਿਹੜਾ ਕਹਿੰਦਾ ਨਹੀਂ ਧੱਕਾ ਹੁੰਦਾ ਕਮੈਂਟਰੀ ਦੱਸ ਦੋ ਤੇ ਫੇਰ ਦੱਸਦਾ ਤੁਹਾਨੂੰ ਆ ਦੇਖ ਸਕਦੇ ਆ ਸਾਰੇ ਪਾਸੇ 200 ਹੀ ਸ਼ੇਅਰ ਹੋਇਆ ਮਰਜ਼ੀ ਆ ਤੁਹਾਡੀ ਹਨਾ ਚਲੋ ਕੋਈ ਚੱਕਰ ਨਹੀਂ ਆਪਾਂ ਤਾਂ ਹਾ ਦਾ ਨਾਰਾ ਮਾਰਤਾ ਹੁਣ ਗਾਂ ਸਭ ਤੱਕ ਪਹੁੰਚਾਉਣੀ ਗੱਲ ਤੁਹਾਡੀ ਮਰਜ਼ੀ ਆ ਸਾਰੀਆਂ ਵੀਡੀਓ ਤੇ ਲਿੰਕ ਪਾਇਆ ਇੱਥੇ ਵੀ ਪਾ ਦੇਣਾ ਬਾਈ ਜੀ ਹਿੰਦੀ ਰੇਡੀਓ ਦਾ ਇਦਾਂ ਖੁੱਲ ਜਾਣਾ ਹਿੰਦੀ ਰੇਡੀਓ ਦੀ ਸਾਈਟ ਸੋ ਉੱਤੇ ਕਲਿੱਕ ਕਰਨੀ ਆ ਸੋ ਬਥੇਰੇ ਮਿਲੀ ਨਾ ਬਿਲੀਨ ਆਲੇ ਬੈਠੇ ਕੈਨੇਡਾ ਅਮਰੀਕਾ ਚ ਜੇ ਕੋਈ ਡੋਨੇਸ਼ਨ ਕਰਨਾ ਚਾਹੁੰਦਾ ਇੱਥੋਂ ਡੋਨੇਸ਼ਨ ਦਾ ਵੀ ਆਪਸ਼ਨ ਹੈ ਵੈਸੇ ਤਾਂ ਕਰਦੀ ਨਹੀਂ ਕਿਸੇ ਨੇ ਕਿਹਦਾ ਤਾਂ ਫਾਇਦਾ ਹੀ ਨਹੀਂ ਸੋ ਬਾਈ ਕਲਿੱਕ ਕਰ ਦਿਆ ਕਰੋ ਲਿੰਕ ਤੇ ਬਸ ਇਦਾਂ ਐਡ ਆਉਂਦੀ ਹੁੰਦੀ ਆ ਕੰਪਨੀਆਂ ਦੀ ਉਹਨੇ ਗੂਗਲ ਨੂੰ ਐਡ ਦਿੱਤੀਓ ਤੇ ਮੈਂ ਗੂਗਲ ਤੇ ਐਡ ਜਿਹੜੀ ਲੋਕਾਂ ਤੱਕ ਪਹੁੰਚਾਉਣਾ ਤੁਹਾਡੇ ਲੋਕਲ ਏਰੀਆ 'ਚ ਜੇ ਕੋਈ ਸਮਾਨ ਵੇਚਦੀ ਕੋਈ ਕੰਪਨੀ ਕੋਈ ਕਾਰ ਦੀ ਜਾਂ ਕੁਛ ਵੀ ਉਹੀ ਐਡ ਆਉਣੀ ਹੁਣ ਆ ਪੇਂਟਿੰਗ ਦੀ ਜਿੱਦਾਂ ਮੈਨੂੰ ਆਈ ਆ ਸੋ ਇਹ ਹਸਾਬ ਕਿਤਾਬ ਆ ਤੂੰ ਕਰਦਿਆ ਕਰੋ ਸਪੋਰਟ ਦੀ ਤੁਹਾਡੀ ਦੀ ਬਹੁਤ ਲੋੜ ਆ ਫਾਈਨੈਂਸ਼ਲੀ ਹਨਾ ਨਹੀਂ ਤਾਂ ਆ ਵੱਡੇ ਵੱਡੇ ਸੱਪ ਪੀਟੀਸੀ ਵਾਲੇ ਦੇਖ ਲੋ ਕੀ ਸੁਣਾਈ ਜਾਂਦੇ ਆ ਲੋਕਾਂ ਦੇ ਸਿਰ ਤੇ ਇਹ ਆਜ਼ਾਦ ਚੈਨਲ ਚੱਲਣ ਵਾਲਾ ਤੇ ਓਕੇ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਤੇ ਕਰ ਦਿਓ ਸ਼ੇਅਰ ਤੇ ਸਾਰੇ ਤੇ ਵਿਚਾਰ ਜ਼ਰੂਰ ਦਿਓ ਤੇ ਸ਼ਰਮ ਆਵੇਂ ੱਤਕਾ ਨਹੀਂ ਤਾਂ ਹੋਰ ਕੀ ਆ ਦੱਸਿਓ ਜੀ ਧੰਨਵਾਦ